ਇਸ ਤੋਂ ਬਾਅਦ ਆਪਾਂ ਥੋੜਾ ਅੱਗੇ ਨੂੰ ਚੱਲੀਏ ਸਮਾਂ ਥੋੜਾ ਰਹਿ ਗਿਆ ਸੰਖੇਪ ਚ ਹੀ ਰੱਖਿਓ ਇਧਰੋਂ ਮਾਨ ਸਾਹਿਬ ਤਾਂ ਕਹਿੰਦੇ ਸੀਗੇ ਕਨੇਜ ਜੀ ਅਸੀਂ ਨਹੀਂ ਕੇਂਦਰ ਅੱਗੇ ਹੱਥ ਅੜਨਾ ਪਰ ਹੁਣ ਕਹਿੰਦੇ ਕਿ ਬਾਈ ਸਰਕਾਰ ਇਧਰੋਂ ਵਾਸਤੇ ਪਾਰੀ ਆ ਤੇ ਉਹਤਲੇ ਹੁਣ ਉਹ ਦੇਂਦੇ ਹੀ ਨਹੀਂ ਸਾਡੇ ਕਨੇਜ ਜੀ ਕਹਿੰਨੇ ਕਿ ਬਾਈ ਨਾ ਉਹ ਨਹੀਂ ਝਾਕਦੇ ਇਧਰ ਨੂੰ ਇਹ ਕੀ ਚੱਕਰ ਬਣਿਆ ਪਿਆ ਹੁਣ ਜੇ ਦੇਖੋ ਗੱਲ ਇਹ ਆ ਕਿ ਬਈ ਕੇਂਦਰ ਸਰਕਾਰ ਜਿਹੜੀ ਆ ਨਾ ਉਹ ਕਦੇ ਨਹੀਂ ਚਾ ਆਉਂਦੀ ਜੀ ਕਿਕ ਤਾਂ ਵੈਸੇ ਪਤਾ ਨਹੀਂ ਕਿਉਂ ਪੰਜਾਬ ਨੂੰ ਨਾ ਬੜਾ ਹੱਥ ਘੁੱਟ ਕੇ ਜ ਮੈਂ ਤਾਂ ਨਹੀਂ ਕਹੂੰਗਾ ਕਿ ਉਹ ਵਿਤਕਰਾ ਐਡਾ ਫਲਾਣ 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 ਵੀ ਸਾਨੂੰ ਕੁਝ ਦਿੰਦੇ ਨਹੀਂ ਆ ਬਥੇਰਾ ਕੁਝ ਅਸੀਂ ਲੈ ਆਉਨੇ ਆ ਆ ਸਬਸਿਡੀਆਂ ਦੇ ਵਿੱਚ ਜੀ ਖਾਦ ਖਾਦ ਦਾ ਖਾਸ ਤੌਰ ਤੇ ਜੇ ਦੇਖੀਏ ਤੇ ਅੰਕੜਾ ਬਹੁਤ ਵੱਡਾ ਹੈ ਬਟ ਪਤਾ ਨਹੀਂ ਕਿਉਂ ਜਿਹੜੀ ਚੀਜ਼ ਮਤਲਬ ਕਿ ਅਣਗੌਲੀ ਜਾਂਦੀ ਉਹ ਹੈ ਕਿ ਖੇਤੀ ਤੇ ਜੀ ਖੇਤੀ ਤੇ ਤੁਸੀਂ ਮਤਲਬ ਬਹੁਤ ਹੱਥ ਘੁੱਟ ਰਹੇ ਹੋ ਜਿਹੜੀ ਖੇਤੀ ਸਭ ਤੋਂ ਜ਼ਿਆਦਾ ਰੋਜ਼ਗਾਰ ਦੇ ਰਹੀ ਹੈ ਤੇ ਜਿਹੜੀ ਖੇਤੀ ਇੱਥੇ ਪੰਜਾਬ ਦੀ ਆ ਉਹ ਕੰਟਰੀਬਿਊਟ ਕਰ ਰਹੀ ਹੈ 40% ਜੀਐਸਟੀ ਪੀ ਚ ਤੁਸੀਂ ਇਹਨਾਂ ਦੇਖੋ ਕਿ ਉਹ 25% ਹੈ ਇਹ ਦੇਖੋ ਕਿ ਰੋਜ਼ਗਾਰ ਕਿੰਨਿਆਂ ਨੂੰ ਦੇ ਰਹੀ ਹੈ ਉਹ ਬਾਜ਼ਾਰ ਜਿਹੜਾ ਅਰਥਚਾਰਾ ਸਾਡਾ ਉਹ ਕਿਸ ਤਰ੍ਹਾਂ ਚਲਾ ਰਹੀ ਹੈ ਤੇ ਇੰਡੀਆ ਦਾ ਜਿਹੜਾ ਫੂਡ ਭੰਡਾਰਨ ਹੈ ਅੱਜ ਜਦੋਂ ਫੂਡ ਕ੍ਰਾਈਸਿਸ ਸਾਡੇ ਵਰਲਡ ਦੇ ਕਹ ਲੋ ਕਿ ਐ ਬਿਲਕੁਲ ਬੁਹੇ ਤੇ ਖਲੋਤਾ ਹੈ ਤਾਂ ਉੱਥੇ ਉਸ ਸੂਰਤ ਦੇ ਵਿੱਚ ਤੁਸੀਂ ਇੱਕ ਸੂਬਾ ਜਿਹੜਾ ਛੋਟਾ ਜਿਹਾ ਸੂਬਾ ਹੈ ਜੀ ਉਹ ਇਹਨਾ ਕੰਟਰੀਬਿਊਟ ਕਰ ਰਿਹਾ ਤੁਹਾਡੇ ਅਨਾਜ ਭੰਡਾਰਨ ਚ ਤੇ ਤੁਹਾਨੂੰ ਚਾਹੀਦਾ ਸੀਗਾ ਕਿ ਉਹਨੂੰ ਥੋੜਾ ਜਿਹਾ ਪੈਰਾਂ ਤੇ ਕਰ ਦੇ ਖੜਾ ਤਾਂ ਕਿ ਦੇਖੋ ਕੱਲ ਨਾ ਕਾਲਦਾ ਹੈ ਜੀ ਕਹਿੰਦੇ ਹੁੰਨੇ ਆ ਨਾ ਆਪਾਂ ਹੁਣ 14 ਸੂਬਿਆਂ ਚ ਆਪਾਂ ਕੱਲ ਗੱਲ ਕੀਤੀ ਸੀ ਤਕਰੀਬਨ ਸੋਕੇ ਵਾਲੇ ਹਾਲਾਤ ਆ ਮਾਝੇ ਗਏ ਨਾ ਉਹ ਸਾਡੇ ਡੋਬਾ ਆ ਗਿਆ ਕੱਲ ਨੂੰ ਖੁਦਾ ਨਾ ਖਾਸਤਾ ਚਲੋ ਮੈਂ ਇਹ ਨਹੀਂ ਕਾਂਗਾ ਕਿ ਐਦਾਂ ਹੋਵੇ ਤੇ ਇੰਡੀਆ ਬਹੁਤ ਵੱਡੇ ਫੂਡ ਕ੍ਰਾਈਸਿਸ ਚ ਫਸ ਜਾਂਦਾ ਤੇ ਸਾਡਾ ਜਿਹੜਾ ਇਹ ਏਰੀਆ ਇਹ ਉਸੇ ਤਰ੍ਹਾਂ ਹੀ ਚੱਲਦਾ ਹੈ ਜੀ ਹਨ ਮਤਲਬ ਕਿ ਅਸੀਂ ਸੰਭਾਲਾਂਗੇ ਨਾ ਜੀ ਪੰਜਾਬ ਹੈ ਹਰਿਆਣਾ ਹੈ ਵੈਸਟਰਨ ਯੂਪੀ ਹੈ ਅਸੀਂ ਸੰਭਾਲਾਂਗੇ ਜੀ ਤੇ ਤੁਹਾਨੂੰ ਵੀ ਜ਼ਰੂਰਤ ਹੈ ਕਿ ਅੱਜ ਸੰਭਾਲੋ ਯਾਰ ਅੱਛਾ ਇਹ ਹੁੰਦੀਆਂ ਨੇ ਆ ਜਿਹੜੇ ਮਾਨ ਸਾਹਿਬ ਹੋਰੀ ਇਹ ਸ਼ਬਦ ਬੋਲਦੇ ਆ ਨਾ ਬੜੇ ਵੱਡੇ ਸ਼ਬਦ ਬੋਲ ਜਾਂਦੇ ਆ ਕਿ ਭਾਈ ਆ ਹੈ ਜੀ ਉਹ ਹੈ ਜੀ ਸਾਰਾ ਕੁਝ ਹੈ ਮੈਂ ਐਦਾਂ ਕਰ ਦੂੰਗਾ ਦੇਖੋ ਪਹਿਲਾਂ ਤੁਹਾਨੂੰ ਨਾ ਨਾਰਮਸ ਪੜ੍ਹਨੇ ਚਾਹੀਦੇ ਆ ਤੁਸੀਂ ਕੀ ਕਰ ਸਕਦੇ ਹੋ ਤੁਹਾਡੀ ਲਿਮਿਟੇਸ਼ਨ ਕੀ ਹੈ ਨਾ ਅੱਧ ਕੀ ਸੀਮਾ ਕੀ ਹੈ ਜੀ ਫਿਰ ਤੁਸੀਂ ਉਹਦੇ ਚ ਰਹਿ ਕੇ ਗੱਲ ਕਰੋ ਜਾਂ ਕਹੋ ਕਿ ਮੈਂ ਨੂੰ ਬਈ ਬ੍ਰੇਕ ਕਰ ਦੂੰਗਾ ਸਾਰਾ ਕੁਝ ਤੁਹਾਨੂੰ ਨਹੀਂ ਮੈਂ ਕੋਈ ਕਸਰ ਰਹਿਣ ਦਿੰਦਾ ਚਾਹੇ ਕੁਝ ਵੀ ਕਰਨਾ ਪਵੇ ਕੇਂਦਰ ਨੇ ਸਾਫ਼ ਕਿਹਾ ਮੈਂ ਕਿਹਾ ਕੋਈ ਮੁਰਗੀ ਮਰਗੀ ਨਹੀਂ ਵੀਰੇ ਇਹਦਾ ਵੀ ਦੇ ਦੂੰ ਐਦਾ ਵੀ ਦੇ ਦੂੰ 6800 ਰੁਪਇਆ ਦੇਣਾ ਇੱਕੋ ਵਾਰੀ ਬਸ ਉਹ ਕੱਲ੍ਹ ਨੂੰ ਰੀਲੇ ਰਿੰਗ ਬਣ ਚਾਹੇ ਕਿਸੇ ਦਾ ਝੋਨਾ ਦੋ ਵਾਰੀ ਡੁੱਬਿਆ ਚਾਹੇ ਤਿੰਨ ਵਾਰੀ ਅੱਛਾ ਜੀ 6800 ਯਾਨੀ 33% ਦੇ ਹਿਸਾਬ ਨਾਲ ਇਨਪੁਟ ਕਾਸਟ 33% ਚਾਪ ਕੋ 6800 ਰੁਪਈਆ ਉਹ ਹੁਣ 5 ਕਿੱਲਿਆਂ ਵਾਲਿਆਂ ਨੂੰ ਮਿਲਦਾ ਜਾਂ 50 ਕਿੱਲਿਆਂ ਤੱਕ ਜਾਂਦਾ ਉਹਦਾ ਵੀ ਇੱਕ ਰੋਲਾ ਰਹਿਣਾ ਹੈ ਸੈਕੰਡ ਚੀਜ਼ ਉਹਨਾਂ ਕਿਹਾ ਕਿ ਜੇ ਇਦਾਂ ਕਰਨਾ ਤੁਸੀਂ ਵਧਾ ਕੇ ਕਰਨਾ ਚਾਹੁੰਦੇ ਹੋ ਤਾਂ ਫਿਰ ਮਿੱਤਰੋ ਇਦਾਂ ਕਰੋ ਤੁਸੀਂ ਫਸਲੀ ਬੀਮਾ ਲਿਆਓ ਜੇ ਉਹ ਵੀ ਨਹੀਂ ਤੇ ਤੁਸੀਂ ਆਪਦੇ ਕੋਲੋਂ ਫਾਂਡਿਆ ਜਿਹੜਾ ਭਾਈ ਉਹ ਕਰਦੇ ਹੋ ਜਾਰੀ ਜੇ ਤੁਹਾਡੇ ਕੋਲ ਹੈਗੇ ਜੀ ਤੇ ਹੁਣ ਇਹਨਾਂ ਦੇ ਕੋਲ ਹੈਗਾ ਅੱਜ ਇੱਕ ਬੜੇ ਵੱਡੇ ਜਰਨਲਿਸਟ ਨੇ ਦਾਵਾ ਕੀਤਾ ਕਿ ਕੇਂਦਰ ਸਰਕਾਰ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਜੇ ਹੈਲਪ ਕਰਨੀ ਹੈ ਤਾਂ ਕਿਸਾਨਾਂ ਦੀ ਕਰ ਦਿਓ ਜੀ ਜੇ ਉਹ ਕਹਿੰਦੇ ਨੇ ਅਕਸਰ ਏਡੇ ਵੱਡੇ ਪੱਤਰਕਾਰ ਨੇ ਰਿਪੋਰਟ ਲਾਈ ਆ ਜੀ ਅੱਜ ਉਹਨਾਂ ਨੇ ਕਿਤੇ ਨਾ ਕਿਤੇ ਉਹ ਖੱਤ ਪੜ੍ਹਿਆ ਹੋਊਗਾ ਜਾਂ ਐਕਸੈਸ ਨਹੀਂ ਕੀਤਾ ਹੋਏਗਾ ਤਾਂ ਆਪਣੇ ਸੋਰਸਸ ਦੇ ਜ਼ਰੀਏ ਪਤਾ ਤਾਂ ਕੀਤਾ ਹੋਊਗਾ ਜੀ ਕਿ ਕੇਂਦਰ ਦਾ ਰੈਪਲਾਈ ਕੀ ਆ ਚੰਡੀਗੜ੍ਹ ਦਾ ਬੈਠਾ ਜਰਨਲਿਸਟ ਆ ਮੈਂ ਬਹੁਤ ਇੱਜ਼ਤ ਕਰਦਾ ਉਹਨਾਂ ਦੀ ਜੀ ਰਲਾਈਬਲ ਨਹੀਂ ਪੂਰੇ ਹੋ ਤਾਂ ਜੇ ਮੰਨ ਲਓ ਕੇਂਦਰ ਨੇ ਕਿਹਾ ਹੈ ਤੇ ਹੁਣ ਮੌਕਾ ਹੁਣ ਦਿਓ ਮੁਰਗੀ ਦਾ ਫਿਰ ਮਹਬਾਬ ਸਾਹਿਬ ਆਪਣੇ ਪੱਧਰ ਤੇ ਹਾਂਜੀ ਦਿਓ ਹਣ ਆਜੋ ਉਹ ਸੁਖਬੀਰ ਸਿੰਘ ਬਾਦਲ ਤੇ ਕਹਿੰਦਾ ਇਹ ਕਹਿੰਦਾ ਵੀ ਤੁਸੀਂ ਮੁਰਗੀ ਦੇ ਖੰਭ ਵੀ ਸਾਹਮਣੇ ਰੱਖੋ ਅਸੀਂ ਉਹਦੇ ਵੀ ਦਵਾ ਦੇਾਂਗੇ ਪੈਸੇ ਦਵਾਵਾਗੇ ਅਸੀਂ ਦੇਣੇ ਨਹੀਂ ਆ ਇਹ ਨਹੀਂ ਪਤਾ ਕੀ ਤੋਂ ਦਵਾਉਣਗੇ ਤਾਂ ਹਣ ਹਾਂਜੀ ਬਿਲਕੁਲ ਸਮਾਂ ਆ ਗਿਆ ਫਿਰ ਤੁਸੀਂ ਦੇਵੋ ਹੁਣ ਪੈਸੇ ਉਹ ਤਾਂ ਕਹਿੰਦੇ ਕਿ ਨੋਰਮਸ ਦੇ ਜ਼ਰੀਏ ਤੇ ਅਸੀਂ ਇੰਨੇ ਹੀ ਦੇਵਾਂਗੇ ਤੇ ਜੇ ਤੁਸੀਂ ਵਾਅਦਾ ਚੜ੍ਹ ਕੇ ਕਰਨਾ ਫਿਰ ਤੁਸੀਂ ਆਪਣੇ ਕੋਲੋਂ ਕਰ ਲਓ ਭਾਈ ਜੀ 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 ਤੇ ਇਧਰੋਂ ਯੂਟੋਪੀਅਨ ਸ਼ਾਇਨ ਸ਼ਰਮ ਮਾਫ ਕਰਨਾ ਜੇ ਮੈਂ ਕੋਈ ਨਾ ਗਲਤ ਪੜ ਗਿਆ ਬਈ ਤੁਹਾਡਾ ਚੰਗੀ ਪੱਤਰਕਾਰ ਤੇ ਲਈ ਸ਼ੁਕਰੀਆ ਧੰਨਵਾਦ ਸੀ ਕੰਟਰੀਬਿਊਟ ਕੀਤਾ ਤੇ ਨਾਲ ਹੀ ਸੀਏ ਪ੍ਰੀਮੀਅਮ ਧੰਨਵਾਦ ਸੀ ਕੰਟਰੀਬਿਊਟ ਕੀਤਾ ਤੇ ਕਹਿੰਦੇ ਕਿ ਜੀ ਬਸ ਆ ਇਹਨਾਂ ਨੇ ਪੋਸਟਰ ਸ਼ੇਅਰ ਕੀਤਾ ਇਹਨਾਂ ਨੇ ਕਿਤੇ ਪੋਸਟਰ ਦੇਖ ਲਿਆ ਹੋਗਾ ਕੋਈ ਗੱਲ ਨਹੀਂ ਬਾਈ ਤੇ ਬਸ ਥੋੜਾ ਸਮਾਂ ਰੱਖੋ ਹਲੇ ਬਾਈ ਸਮਾਂ ਰੱਖੋ ਹਾਂ ਅਚਾ ਚਾਦਰ ਨੇ ਪਰਦੇ ਜੀ ਚੱਕ ਲੈਂਦੇ ਹਾਂ ਕੋਈ ਗੱਲ ਨਹੀਂ ਆ ਤੇ ਵਾਹ ਆਪਾਂ ਜਲਦੀ ਗੱਲ ਬੁੱਝ ਲਿਆ ਨਾ ਬੁੱਝ ਲਿਆ ਜੀ ਬੁੱਝ ਮੇਰੇ ਦਿਲ ਦੀ ਮੈਂ ਕਿਹਾ ਚਲੋ ਥੋੜੀ ਥੋੜੀ ਤੇ ਇਧਰੋਂ ਮਿੰਟੂ ਜੀ ਜਰਾ ਅੱਜ ਚੰਦ ਮਿੰਟ ਪਹਿਲਾਂ ਬ੍ਰੇਕਾ ਮਾਰ ਲੀਏ ਫਿਰ ਥੋੜਾ ਜਿਹਾ ਜੀ ਹਾਂ ਜੀ ਹਾਂ ਜੀ ਅੱਜ ਥੋੜਾ ਜਿਹਾ ਹੈਵੀ ਲੇਟ ਸੀਗੇ ਅਸੀਂ ਕੋਈ ਗੱਲ ਨਹੀਂ ਕਮੈਂਟ ਨਾ ਕਿਸੇ ਦਾ ਰਹਿ ਜਾਵੇ ਜੇ ਕੋਈ ਸਵਾਲ ਹੈਗਾ ਕਮੈਂਟ ਦੇ ਵਿੱਚ ਤੇ ਉਹ ਲੈ ਲਓ ਤੁਸੀਂ ਕੋਈ ਗੱਲ ਨਹੀਂ ਥੋੜੋ ਮਿੰਟ ਦੇ ਵਿੱਚ ਬਸ ਇੱਕ ਵੀਰਦਾ ਉਹ ਸੀ ਕਿ ਉਹ ਹਾਰਿਸ਼ ਤਵਾਰੀ ਸਾਹਿਬ ਆਪਾਂ ਪਹਿਲਾਂ ਗੱਲ ਕਰ ਵੀ ਚੱਲੇ ਆ ਕਿਨ ਜੀ ਕੇਂਦਰ ਸਮੇਂ ਤੋਂ ਪਹਿਲਾਂ ਗੀਤਿਆਂ ਚੋਣਾ ਲੋਕ ਸਭਾ ਚੋਣਾ ਕਰਵਾ ਸਕਦੀ ਹੈ ਜਿਵੇਂ ਸਿਲੰਡਰ ਵਗੈਰਾ ਲੈ ਲਓ ਉਹਦੀ ਆਪਾਂ ਗੱਲ ਕਰ ਚੁੱਕੇ ਹਾਂ ਅਸੀਂ ਆਲਰੇਡੀ ਤਵਾਰੀ ਸਾਹਿਬ ਉਹਦੀ ਗੱਲ ਕੀਤੀ ਆ ਤੁਸੀਂ ਪ੍ਰੋਗਰਾ ਤੋ ਪੰਜ ਸੱਤ ਮਿੰਟ ਦੇ ਅੰਦਰ ਅੰਦਰ ਹੀ ਉਹਦਾ ਜਵਾਬ ਮਿਲ ਜਾਣਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਬਾਕੀ ਰਜੀਵ ਜੀ ਹਾਂ ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਕਿਨੇ ਸਰਕਾਰ ਕਨੇ ਨਿਵੇਸ਼ 50000 ਕਰੋੜ ਦਾ ਆਇਆ ਜੀ ਆਰਟੀਆਈ ਦੇ ਵਿੱਚ 2400 ਕਰੋੜ ਇਹ ਨਿਕਲਿਆ ਜੀ ਕਨੇ ਕਿ 2400 ਕਰੋੜ ਨਹੀਂ ਨਹੀਂ ਮੇਰੇ ਕੋਲ ਆਰਟੀਆਈ ਹੈ ਜੀ ਅੱਜ ਤੋਂ 2-3 ਮਹੀਨੇ ਪਹਿਲਾਂ ਦੀ ਜੀ ਉਹਦੇ ਚ 40000 ਕਰੋੜ ਆਇਆ ਪਿਆ ਜੀ ਯਾਰ ਇਹ ਇੱਕ ਇਨਵੈਸਟਮੈਂਟ ਮੈਨੂੰ ਹੈਰਾਨਗੀ ਹੁੰਦੀ ਆ ਮੈਂ ਅੱਗੇ ਵੀ ਗੱਲ ਸ਼ਾਇਦ ਕੀਤੀ ਆ ਇਹ ਕਿਹੜੀ ਇਨਵੈਸਟਮੈਂਟ ਆ ਡੇਢ ਪੌਣੇ 2 ਸਾਲਾਂ ਚ 50000 ਕਰੋੜ ਦੀ ਇਨਵੈਸਟਮੈਂਟ ਕੋਈ ਜ਼ਿਆਦਾ ਨਹੀਂ ਹੈ ਐਵਰੇਜ ਇਨਵੈਸਟਮੈਂਟ ਆ ਜੇ ਤੁਸੀਂ ਕੱਢ ਕੇ ਦੇਖੋਗੇ ਅੰਕੜੇ ਮੇਰੇ ਕੋਲ ਮੈਂ ਸਾਰੇ ਸਾਲਾਂ ਦੀ ਲਈ ਹੋਈ ਹੈ ਉਹ ਆਟ ਆਈ ਜੀ ਜੀ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਕੈਪਟਨ ਸਾਹਿਬ ਜਦੋਂ ਮੁੱਖ ਮੰਤਰੀ ਸਨ ਇਹਨਾਂ ਦੇ ਇੱਕ ਸਾਲ ਦੇ ਵਿੱਚ ਕੱਲੇ ਇੱਕ ਸਾਲ 'ਚ 12 ਮਹੀਨੇ 'ਚ 44000 ਕਰੋੜ ਦੀ ਵੀ ਆਈ ਹੈ ਜੀ ਸ਼ਾਇਦ ਪ੍ਰੀ ਕੋਵਿਡ ਸਾਲ ਸੀਗਾ ਜੀ ਤਾਂ ਉਹਦੇ 'ਚ 44000 ਕਰੋੜ ਦੀ ਵੀ ਆਈ ਹੈ ਜੀ ਮਤਲਬ ਕਿ ਜਿਹੜੀ ਇਹਨਾਂ ਦੀ 1.5 ਸਾਲ 'ਚ ਬਣਦੀ ਹੈ ਉਹ ਤਕਰੀਬਨ ਉਹਨਾਂ ਨੇ 12 ਮਹੀਨਿਆਂ ਚ ਵੀ ਖਿੱਚੀ ਹੋਈ ਆ ਪਰ ਉਹ ਵੀ ਘਟ ਹੈ ਤੇ ਇਹ ਵੀ ਘਟ ਆ ਮੇਰਾ ਮੰਨਣਾ ਹੈ ਕਿ 1 ਸਾਲ ਦਾ ਘੱਟੋ-ਘੱਟ ਇਨਵੈਸਟਮੈਂਟ ਜਿਹੜਾ ਸਾਨੂੰ 1 ਲੱਖ ਕਰੋੜ ਚਾਹੀਦਾ ਹੈ ਇਹ 2400 ਕਰੋੜ ਵਾਲਾ ਅੰਕੜਾ ਪਤਾ ਨਹੀਂ ਕਿਉਂ ਮੇਰੇ ਕੋਲ ਤਾਂ ਜਿਹੜੀ ਸੀਗੀ ਲਾਸਟ ਮੈਂ ਲੈਂਦਾ ਰਹਿਣਾ ਅਪਡੇਟ ਤਾਂ ਉਹ 40000 ਕਰੋੜ ਦੀ ਸੀ ਤਕਰੀਬਨ ਜੀ 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 ਇਸ ਤੋਂ ਬਾਅਦ ਆਪਾਂ ਥੋੜਾ ਅੱਗੇ ਨੂੰ ਚੱਲੀਏ ਸਮਾਂ ਥੋੜਾ ਰਹਿ ਗਿਆ ਸੰਖੇਪ ਚ ਹੀ ਰੱਖਿਓ ਇਧਰੋਂ ਮਾਨ ਸਾਹਿਬ ਤਾਂ ਕਹਿੰਦੇ ਸੀਗੇ ਕਿ ਨਹੀਂ ਕਿ ਜੀ ਅਸੀਂ ਨਹੀਂ ਕੇਂਦਰ ਅੱਗੇ ਹੱਥ ਅੜਨਾ ਪਰ ਹੁਣ ਕਨੇ ਕੇ ਬਾਈ ਸਰਕਾਰ ਇਧਰੋਂ ਵਾਸਤੇ ਪਾ ਰਹੀ ਆ ਤੇ ਉਹਤਲੇ ਹੁਣ ਉਹ ਦੇ ਦੇ ਨਹੀਂ ਸਾਡੇ ਕਨੇ ਜੀ ਕਨੇ ਕੇ ਬਾਈ ਨਾ ਉਹ ਨਹੀਂ ਚਾਹ ਕੇ ਇਧਰ ਨੂੰ ਇਹ ਕੀ ਚੱਕਰ ਬਣਾਇਆ ਹੋਣਾ ਜੇ ਦੇਖੋ ਗੱਲ ਇਹ ਆ ਕਿ ਬਈ ਕੇਂਦਰ ਸਰਕਾਰ ਜਿਹੜੀ ਆ ਨਾ ਉਹ ਕਦੇ ਨਹੀਂ ਚਾਹ ਆਉਂਦੀ ਏ ਜੀ ਇੱਕ ਤਾਂ ਵੈਸੇ ਪਤਾ ਨਹੀਂ ਕਿਉਂ ਕਿ ਪੰਜਾਬ ਨੂੰ ਨਾ ਬੜਾ ਹੱਥ ਘੁੱਟ ਕੇ ਜਦ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਉਹ ਵਿਤਕਰਾ ਐਡਾ ਫਲਾਣ 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 ਵੀ ਸਾਨੂੰ ਕੁਝ ਦਿੰਦੇ ਨਹੀਂ ਹੈ ਬਥੇਰਾ ਕੁਝ ਅਸੀਂ ਲੈ ਆਉਨੇ ਆ ਆ ਸਬਸਿਡੀਆਂ ਦੇ ਵਿੱਚ ਹੀ ਜੀ ਖਾਦ ਖਾਦ ਦਾ ਖਾਸ ਤੌਰ ਤੇ ਜੇ ਦੇਖੀਏ ਤੇ ਅੰਕੜਾ ਬਹੁਤ ਵੱਡਾ ਹੈ ਬਟ ਪਤਾ ਨਹੀਂ ਕਿਉਂ ਜਿਹੜੀ ਚੀਜ਼ ਮਤਲਬ ਕਿ ਅਣਗੌਲੀ ਜਾਂਦੀ ਉਹ ਹੈ ਕਿ ਖੇਤੀ ਤੇ ਜੀ ਖੇਤੀ ਤੇ ਤੁਸੀਂ ਮਤਲਬ ਬਹੁਤ ਹੱਥ ਘੁੱਟ ਰਹੇ ਹੋ ਜਿਹੜੀ ਖੇਤੀ ਸਭ ਤੋਂ ਜ਼ਿਆਦਾ ਰੋਜ਼ਗਾਰ ਦੇ ਰਹੀ ਹੈ ਤੇ ਜਿਹੜੀ ਖੇਤੀ ਇੱਥੇ ਪੰਜਾਬ ਦੀ ਆ ਉਹ ਕੰਟਰੀਬਿਊਟ ਕਰ ਰਹੀ ਹੈ 40% ਜੀਐਸਟੀ ਪੀ ਚ ਤੁਸੀਂ ਇਹਨਾਂ ਦੇਖੋ ਕਿ ਉਹ 25% ਹੈ ਇਹ ਦੇਖੋ ਕਿ ਰੋਜ਼ਗਾਰ ਕਿੰਨਿਆਂ ਨੂੰ ਦੇ ਰਹੀ ਹੈ ਉਹ ਬਾਜ਼ਾਰ ਜਿਹੜਾ ਅਰਥਚਾਰਾ ਸਾਡਾ ਉਹ ਕਿਸ ਤਰ੍ਹਾਂ ਚਲਾ ਰਹੀ ਹੈ ਤੇ ਇੰਡੀਆ ਦਾ ਜਿਹੜਾ ਫੂਡ ਭੰਡਾਰਨ ਹੈ ਅੱਜ ਜਦੋਂ ਫੂਡ ਕ੍ਰਾਈਸਿਸ ਸਾਡੇ ਵਰਲਡ ਦੇ ਕਹ ਲੋ ਕਿ ਐ ਬਿਲਕੁਲ ਬੁਹੇ ਤੇ ਖਲੋਤਾ ਹੈ ਤਾਂ ਉੱਥੇ ਉਸ ਸੂਰਤ ਦੇ ਵਿੱਚ ਤੁਸੀਂ ਇੱਕ ਸੂਬਾ ਜਿਹੜਾ ਛੋਟਾ ਜਿਹਾ ਸੂਬਾ ਹੈ ਜੀ ਉਹ ਇਹਨਾ ਕੰਟਰੀਬਿਊਟ ਕਰ ਰਿਹਾ ਤੁਹਾਡੇ ਅਨਾਜ ਭੰਡਾਰਨ ਚ ਤੇ ਤੁਹਾਨੂੰ ਚਾਹੀਦਾ ਸੀਗਾ ਕਿ ਉਹਨੂੰ ਥੋੜਾ ਜਿਹਾ ਪੈਰਾਂ ਤੇ ਕਰ ਦੇ ਖੜਾ ਤਾਂ ਕਿ ਦੇਖੋ ਕੱਲ ਨਾ ਕਾਲਦਾ ਹੈ ਜੀ ਕਹਿੰਦੇ ਹੁੰਨੇ ਆ ਨਾ ਆਪਾਂ ਹੁਣ 14 ਸੂਬਿਆਂ ਚ ਆਪਾਂ ਕੱਲ ਗੱਲ ਕੀਤੀ ਸੀ ਤਕਰੀਬਨ ਸੋਕੇ ਵਾਲੇ ਹਾਲਾਤ ਆ ਮਾਝੇ ਗਏ ਨਾ ਉਹ ਸਾਡੇ ਡੋਬਾ ਆ ਗਿਆ ਕੱਲ ਨੂੰ ਖੁਦਾ ਨਾ ਖਾਸਤਾ ਚਲੋ ਮੈਂ ਇਹ ਨਹੀਂ ਕਾਂਗਾ ਕਿ ਐਦਾਂ ਹੋਵੇ ਤੇ ਇੰਡੀਆ ਬਹੁਤ ਵੱਡੇ ਫੂਡ ਕ੍ਰਾਈਸਿਸ ਚ ਫਸ ਜਾਂਦਾ ਤੇ ਸਾਡਾ ਜਿਹੜਾ ਇਹ ਏਰੀਆ ਇਹ ਉਸੇ ਤਰ੍ਹਾਂ ਹੀ ਚੱਲਦਾ ਹੈ ਜੀ ਹਨ ਮਤਲਬ ਕਿ ਅਸੀਂ ਸੰਭਾਲਾਂਗੇ ਨਾ ਜੀ ਪੰਜਾਬ ਹੈ ਹਰਿਆਣਾ ਹੈ ਵੈਸਟਰਨ ਯੂਪੀ ਹੈ ਅਸੀਂ ਸੰਭਾਲਾਂਗੇ ਜੀ ਤੇ ਤੁਹਾਨੂੰ ਵੀ ਜ਼ਰੂਰਤ ਹੈ ਕਿ ਅੱਜ ਸੰਭਾਲੋ ਯਾਰ ਅੱਛਾ ਇਹ ਹੁੰਦੀਆਂ ਨੇ ਆ ਜਿਹੜੇ ਮਾਨ ਸਾਹਿਬ ਹੋਰੀ ਇਹ ਸ਼ਬਦ ਬੋਲਦੇ ਆ ਨਾ ਬੜੇ ਵੱਡੇ ਸ਼ਬਦ ਬੋਲ ਜਾਂਦੇ ਆ ਕਿ ਭਾਈ ਆ ਹੈ ਜੀ ਉਹ ਹੈ ਜੀ ਸਾਰਾ ਕੁਝ ਹੈ ਮੈਂ ਐਦਾਂ ਕਰ ਦੂੰਗਾ ਦੇਖੋ ਪਹਿਲਾਂ ਤੁਹਾਨੂੰ ਨਾ ਨਾਰਮਸ ਪੜ੍ਹਨੇ ਚਾਹੀਦੇ ਆ ਤੁਸੀਂ ਕੀ ਕਰ ਸਕਦੇ ਹੋ ਤੁਹਾਡੀ ਲਿਮਿਟੇਸ਼ਨ ਕੀ ਹੈ ਨਾ ਅੱਧ ਕੀ ਸੀਮਾ ਕੀ ਹੈ ਜੀ ਫਿਰ ਤੁਸੀਂ ਉਹਦੇ ਚ ਰਹਿ ਕੇ ਗੱਲ ਕਰੋ ਜਾਂ ਕਹੋ ਕਿ ਮੈਂ ਨੂੰ ਬਈ ਬ੍ਰੇਕ ਕਰ ਦੂੰਗਾ ਸਾਰਾ ਕੁਝ ਤੁਹਾਨੂੰ ਨਹੀਂ ਮੈਂ ਕੋਈ ਕਸਰ ਰਹਿਣ ਦਿੰਦਾ ਚਾਹੇ ਕੁਝ ਵੀ ਕਰਨਾ ਪਵੇ ਕੇਂਦਰ ਨੇ ਸਾਫ਼ ਕਿਹਾ ਮੈਂ ਕਿਹਾ ਕੋਈ ਮੁਰਗੀ ਮਰਗੀ ਨਹੀਂ ਵੀਰੇ ਇਹਦਾ ਵੀ ਦੇ ਦੂੰ ਐਦਾ ਵੀ ਦੇ ਦੂੰ 6800 ਰੁਪਇਆ ਦੇਣਾ ਇੱਕੋ ਵਾਰੀ ਬਸ ਉਹ ਕੱਲ੍ਹ ਨੂੰ ਰੀਲੇ ਰਿੰਗ ਬਣ ਚਾਹੇ ਕਿਸੇ ਦਾ ਝੋਨਾ ਦੋ ਵਾਰੀ ਡੁੱਬਿਆ ਚਾਹੇ ਤਿੰਨ ਵਾਰੀ ਅੱਛਾ ਜੀ 6800 ਯਾਨੀ 33% ਦੇ ਹਿਸਾਬ ਨਾਲ ਇਨਪੁਟ ਕਾਸਟ 33% ਚਾਪ ਕੋ 6800 ਰੁਪਈਆ ਉਹ ਹੁਣ 5 ਕਿੱਲਿਆਂ ਵਾਲਿਆਂ ਨੂੰ ਮਿਲਦਾ ਜਾਂ 50 ਕਿੱਲਿਆਂ ਤੱਕ ਜਾਂਦਾ ਉਹਦਾ ਵੀ ਇੱਕ ਰੋਲਾ ਰਹਿਣਾ ਹੈ ਸੈਕੰਡ ਚੀਜ਼ ਉਹਨਾਂ ਕਿਹਾ ਕਿ ਜੇ ਇਦਾਂ ਕਰਨਾ ਤੁਸੀਂ ਵਧਾ ਕੇ ਕਰਨਾ ਚਾਹੁੰਦੇ ਹੋ ਤਾਂ ਫਿਰ ਮਿੱਤਰੋ ਇਦਾਂ ਕਰੋ ਤੁਸੀਂ ਫਸਲੀ ਬੀਮਾ ਲਿਓ ਜੇ ਉਹ ਵੀ ਨਹੀਂ ਤੇ ਤੁਸੀਂ ਆਪਦੇ ਕੋਲੋਂ ਫਾਂਡਿਆ ਜਿਹੜਾ ਭਾਈ ਉਹ ਕਰਦੇ ਹੋ ਜਾਰੀ ਜੇ ਤੁਹਾਡੇ ਕੋਲ ਹੈਗੇ ਜੀ ਤੇ ਹੁਣ ਇਹਨਾਂ ਦੇ ਕੋਲ ਹੈਗਾ ਅੱਜ ਇੱਕ ਬੜੇ ਵੱਡੇ ਜਰਨਲਿਸਟ ਨੇ ਦਾਵਾ ਕੀਤਾ ਕਿ ਕੇਂਦਰ ਸਰਕਾਰ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਜੇ ਹੈਲਪ ਕਰਨੀ ਹੈ ਤਾਂ ਕਿਸਾਨਾਂ ਦੀ ਕਰ ਦਿਓ ਜੀ ਜੇ ਉਹ ਕਹਿੰਦੇ ਨੇ ਅਕਸਰ ਏਡੇ ਵੱਡੇ ਪੱਤਰਕਾਰ ਨੇ ਰਿਪੋਰਟ ਲਾਈ ਆ ਜੀ ਅੱਜ ਉਹਨਾਂ ਨੇ ਕਿਤੇ ਨਾ ਕਿਤੇ ਉਹ ਖੱਤ ਪੜ੍ਹਿਆ ਹੋਊਗਾ ਜਾਂ ਐਕਸੈਸ ਨਹੀਂ ਕੀਤਾ ਹੋਏਗਾ ਤਾਂ ਆਪਣੇ ਸੋਰਸਸ ਦੇ ਜ਼ਰੀਏ ਪਤਾ ਤਾਂ ਕੀਤਾ ਹੋਊਗਾ ਜੀ ਕਿ ਕੇਂਦਰ ਦਾ ਰੈਪਲਾਈ ਕੀ ਆ ਚੰਡੀਗੜ੍ਹ ਦਾ ਬੈਠਾ ਜਰਨਲਿਸਟ ਆ ਮੈਂ ਬਹੁਤ ਇੱਜ਼ਤ ਕਰਦਾ ਉਹਨਾਂ ਦੀ ਜੀ ਰਲਾਈਬਲ ਨਹੀਂ ਪੂਰੇ ਹੋ ਤਾਂ ਜੇ ਮੰਨ ਲਓ ਕੇਂਦਰ ਨੇ ਕਿਹਾ ਹੈ ਤੇ ਹੁਣ ਮੌਕਾ ਹੁਣ ਦਿਓ ਮੁਰਗੀ ਦਾ ਫਿਰ ਮਹਬਾਬ ਸਾਹਿਬ ਆਪਣੇ ਪੱਧਰ ਤੇ ਹਾਂਜੀ ਦਿਓ ਹਣ ਆਜੋ ਉਹ ਸੁਖਬੀਰ ਸਿੰਘ ਬਾਦਲ ਤੇ ਕਹਿੰਦਾ ਇਹ ਕਹਿੰਦਾ ਵੀ ਤੁਸੀਂ ਮੁਰਗੀ ਦੇ ਖੰਭ ਵੀ ਸਾਹਮਣੇ ਰੱਖੋ ਅਸੀਂ ਉਹਦੇ ਵੀ ਦਵਾ ਦੇਾਂਗੇ ਪੈਸੇ ਦਵਾਵਾਗੇ ਅਸੀਂ ਦੇਣੇ ਨਹੀਂ ਆ ਇਹ ਨਹੀਂ ਪਤਾ ਕੀ ਤੋਂ ਦਵਾਉਣਗੇ ਤਾਂ ਹਣ ਹਾਂਜੀ ਬਿਲਕੁਲ ਸਮਾਂ ਆ ਗਿਆ ਫਿਰ ਤੁਸੀਂ ਦਿਵੋ ਹੁਣ ਪੈਸੇ ਉਹ ਤਾਂ ਕਹਿੰਦੇ ਕਿ ਨੋਰਮਸ ਦੇ ਜ਼ਰੀਏ ਤੇ ਅਸੀਂ ਇੰਨੇ ਹੀ ਦੇਵਾਂਗੇ ਤੇ ਜੇ ਤੁਸੀਂ ਵਾਅਦਾ ਚੜ੍ਹ ਕੇ ਕਰਨਾ ਫਿਰ ਤੁਸੀਂ ਆਪਣੇ ਕੋਲੋਂ ਕਰ ਲਓ ਭਾਈ ਜੀ 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 ਤੇ ਇਧਰੋਂ ਯੂਟੋਪੀਅਨ ਸ਼ਾਇਨ ਸ਼ਰਮ ਮਾਫ ਕਰਨਾ ਜੇ ਮੈਂ ਕੋਈ ਨਾ ਗਲਤ ਪੜ ਗਿਆ ਬਾਈ ਤੁਹਾਡਾ ਚੰਗੀ ਪੱਤਰਕਾਰ ਤੇ ਲਈ ਸ਼ੁਕਰੀਆ ਧੰਨਵਾਦ ਸੀ ਕੰਟਰੀਬਿਊਟ ਕੀਤਾ ਤੇ ਨਾਲ ਹੀ ਸੀਏ ਪ੍ਰੀਮੀਅਮ ਧੰਨਵਾਦ ਸੀ ਕੰਟਰੀਬਿਊਟ ਕੀਤਾ ਤੇ ਕਹਿੰਦੇ ਕਿ ਜੀ ਬਸ ਆ ਇਹਨਾਂ ਨੇ ਪੋਸਟਰ ਸ਼ੇਅਰ ਕੀਤਾ ਇਹਨਾਂ ਨੇ ਕਿਤੇ ਪੋਸਟਰ ਦੇਖ ਲਿਆ ਹੋਗਾ ਕੋਈ ਗੱਲ ਨਹੀਂ ਬਾਈ ਤੇ ਬਸ ਥੋੜਾ ਸਮਾਂ ਰੱਖੋ ਵਾਲੇ ਬਾਈ ਸਮਾਂ ਰੱਖੋ ਹਾਂ ਅੱਛਾ ਕਰ ਲੈ ਨਾ ਪਰਦੇ ਜੀ ਹਾਂ ਜੀ ਹਾਂ ਕੋਈ ਗੱਲ ਨਹੀਂ ਆ ਤੇ ਵਾਹ ਆਪਾਂ ਜਲਦੀ ਨਾਲ ਬੁੱਝ ਲਿਆ ਨਾ ਬੁੱਝ ਲਿਆ ਜੀ ਬੁੱਝ ਮੇਰੇ ਦਿਲ ਦੀ ਮੈਂ ਕਿਹਾ ਚਲੋ ਥੋੜੀ ਥੋੜੀ ਸ਼ੇ ਇਦਰੋਂ ਮਿੰਟੂ ਜੀ ਜਰਾ ਅੱਜ ਚੰਦ ਮਿੰਟ ਪਹਿਲਾਂ ਬ੍ਰੇਕਾਂ ਮਾਰ ਲਈਏ ਫਿਰ ਥੋੜੀਆਂ ਜੀਆਂ ਜੀ ਹਾਂ ਜੀ ਹਾਂ ਜੀ ਅੱਜ ਹੈ ਵੀ ਲੇਟ ਸੀਗੇ ਅਸੀਂ ਕੋਈ ਗੱਲ ਨਹੀਂ ਕਮੈਂਟ ਨਾ ਕਿਸੇ ਦਾ ਰਹਿ ਜਾਵੇ ਜੇ ਕੋਈ ਸਵਾਲ ਹੈਗਾ ਕਮੈਂਟ ਦੇ ਵਿੱਚ ਤੇ ਉਹ ਲੈ ਲਓ ਤੁਸੀਂ ਕੋਈ ਗੱਲ ਨਹੀਂ ਪ੍ਰੋਗਰਾਮ ਦੇ ਵਿੱਚ ਬਸ ਇੱਕ ਵੀਰਦਾ ਉਹ ਸੀ ਕਿ ਉਹ ਹਰਿਸ਼ ਟਵਾੜੀ ਸਾਹਿਬ ਆਪਾਂ ਪਹਿਲਾਂ ਗੱਲ ਕਰ ਵੀ ਚੱਲੇ ਆ ਕਿ ਨਹੀਂ ਜੀ ਕੇਂਦਰ ਸਮੇਂ ਤੋਂ ਪਹਿਲਾਂ ਗੀਤਿਆਂ ਚੋਣਾ ਲੋਕ ਸਭਾ ਚੋਣਾ ਕਰਵਾ ਸਕਦੀ ਹੈ ਜਿਵੇਂ ਸਿਲੰਡਰ ਵਗੈਰਾ ਲੈ ਲੋ ਹਾਂ ਜੀ ਉਹਦੀ ਆਪਾਂ ਗੱਲ ਕਰ ਚੁੱਕੇ ਹਾਂ ਅਸੀਂ ਆਲਰੇਡੀ ਟਵਾੜੀ ਸਾਹਿਬ ਉਹਦੀ ਗੱਲ ਕੀਤੀ ਆ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਸ਼ ਤੋ 5-7 ਮਿੰਟ ਦੇ ਅੰਦਰ ਅੰਦਰ ਹੀ ਉਹਦਾ ਜਵਾਬ ਮਿਲ ਜਾਣਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਬਾਕੀ ਰਜੀਵ ਜੀ ਹਾਂ ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਕਿਨੇ ਸਰਕਾਰ ਕਨੇ ਨਿਵੇਸ਼ 50 ਹਜ਼ਾਰ ਕਰੋੜ ਦਾ ਆਇਆ ਜੀ ਆਰਟੀਆਈ ਦੇ ਵਿੱਚ 2400 ਕਰੋੜ ਨਿਕਲਿਆ ਜੀ ਕਨੇ ਕਿ 2400 ਕਰੋੜ ਨਹੀਂ ਨਹੀਂ ਮੇਰੇ ਕੋਲ ਆਰਟੀਆਈ ਹੈ ਜੀ ਅੱਜ ਤੋਂ 2-3 ਮਹੀਨੇ ਪਹਿਲਾਂ ਦੀ ਜੀ ਉਹਦੇ ਚ 40 ਹਜ਼ਾਰ ਕਰੋੜ ਆਇਆ ਪਿਆ ਜੀ ਯਾਰ ਇਹ ਇੱਕ ਇਨਵੈਸਟਮੈਂਟ ਮੈਨੂੰ ਹੈਰਾਨਗੀ ਹੁੰਦੀ ਆ ਮੈਂ ਅੱਗੇ ਵੀ ਗੱਲ ਸ਼ਾਇਦ ਕੀਤੀ ਆ ਇਹ ਕਿਹੜੀ ਇਨਵੈਸਟਮੈਂਟ ਆ ਡੇਢ ਪੌਣੇ 2 ਸਾਲਾਂ ਚ 50 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਕੋਈ ਜ਼ਿਆਦਾ ਨਹੀਂ ਹੈ ਐਵਰੇਜ ਇਨਵੈਸਟਮੈਂਟ ਆ ਜੇ ਤੁਸੀਂ ਕੱਢ ਕੇ ਦੇਖੋਗੇ ਅੰਕੜੇ ਮੇਰੇ ਕੋਲ ਮੈਂ ਸਾਰੇ ਸਾਲਾਂ ਦੀ ਲਈ ਹੋਈ ਹੈ ਉਹ ਆਟ ਆਈ ਜੀ ਜੀ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਕੈਪਟਨ ਸਾਹਿਬ ਜਦੋਂ ਮੁੱਖ ਮੰਤਰੀ ਸਨ ਇਹਨਾਂ ਦੇ ਇੱਕ ਸਾਲ ਦੇ ਵਿੱਚ ਕੱਲੇ ਇੱਕ ਸਾਲ 'ਚ 12 ਮਹੀਨੇ 'ਚ 44000 ਕਰੋੜ ਦੀ ਵੀ ਆਈ ਹੈ ਜੀ ਸ਼ਾਇਦ ਪ੍ਰੀ ਕੋਵਿਡ ਸਾਲ ਸੀਗਾ ਜੀ ਤਾਂ ਉਹਦੇ 'ਚ 44000 ਕਰੋੜ ਦੀ ਵੀ ਆਈ ਹੈ ਜੀ ਮਤਲਬ ਕਿ ਜਿਹੜੀ ਇਹਨਾਂ ਦੀ 1.5 ਸਾਲ 'ਚ ਬਣਦੀ ਹੈ ਉਹ ਤਕਰੀਬਨ ਉਹਨਾਂ ਨੇ 12 ਮਹੀਨਿਆਂ ਚ ਵੀ ਖਿੱਚੀ ਹੋਈ ਆ ਪਰ ਉਹ ਵੀ ਘਟਿਆ ਤੇ ਇਹ ਵੀ ਘਟਿਆ ਮੇਰਾ ਮੰਨਣਾ ਹੈ ਕਿ 1 ਸਾਲ ਦਾ ਘੱਟੋ-ਘੱਟ ਇਨਵੈਸਟਮੈਂਟ ਜਿਹੜਾ ਸਾਨੂੰ 1 ਲੱਖ ਕਰੋੜ ਚਾਹੀਦਾ ਹੈ ਇਹ 2400 ਕਰੋੜ ਵਾਲਾ ਅੰਕੜਾ ਪਤਾ ਨਹੀਂ ਕਿਉਂ ਮੇਰੇ ਕੋਲ ਤਾਂ ਜਿਹੜੀ ਸੀਗੀ ਲਾਸਟ ਜੀ ਮੈਂ ਲੈਂਦਾ ਰਹਿਣਾ ਅਪਡੇਟ ਤਾਂ ਉਹ 40000 ਕਰੋੜ ਦੀ ਸੀ ਤਕਰੀਬਨ ਜੀ 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 ਜੀ